ਹਾਂਜੀ, USA ਦੇ ਵਿਜ਼ਿਟਰ ਵੀਜ਼ਾ ਨੂੰ ਲੈ ਕੇ ਬਹੁਤ ਸਾਰੇ ਕੁਐਸਚਨਸ ਆ ਲੋਕਾਂ ਦੇ ਕਿ ਪ੍ਰੋਸੈਸ ਕਿੱਦਾਂ ਹੈ, ਇੰਟਰਵਿਊ 'ਚ ਕੀ ਪੁੱਛਿਆ ਜਾਂਦਾ। ਸਭ ਤੋਂ ਪਹਿਲਾਂ ਪ੍ਰੋਸੈਸ ਦੱਸ ਦਈਏ, ਸਭ ਤੋਂ ਪਹਿਲਾਂ USA ਦੀ ਇੰਟਰਵਿਊ ਪਿੱਕ ਹੁੰਦੀ ਹੈ ਜਿਹੜੀ ਕਿ ਮੈਲਬਰਨ, ਸਿਡਨੀ ਜਾਂ ਪਰਥ ਦੇ ਵਿੱਚ ਹੀ ਹੁੰਦੀ ਹੈ। ਕਰੰਟਲੀ ਜੇ ਦੇਖੀਏ ਮੈਲਬਰਨ ਤੇ ਪਰਥ ਦੇ ਵਿੱਚ ਸਭ ਤੋਂ ਜਲਦੀ ਡੇਟਸ ਮਿਲਦੀਆਂ, ਵੇਅਰ ਐਸ ਸਿਡਨੀ ਥੋੜੀ ਜਿਹੀ ਲੇਟ ਡੇਟ ਮਿਲਦੀ। ਇੰਟਰਵਿਊ ਪਿੱਕ ਹੋਣ ਤੋਂ ਬਾਅਦ ਨੈਕਸਟ ਸਟੈਪ, ਜਦੋਂ ਤੁਹਾਡੀ ਇੰਟਰਵਿਊ ਹੈ ਉਹਦੇ ਤੋਂ 2 ਹਫ਼ਤੇ ਪਹਿਲਾਂ ਤੁਹਾਡਾ DS-160 ਜਿਹੜਾ ਕਿ ਕਹਿ ਲਓ ਵੀਜ਼ਾ ਐਪਲੀਕੇਸ਼ਨ ਫਾਰਮ ਹੈ, ਡਿਪਾਰਟਮੈਂਟ ਨੂੰ ਲੌਂਚ ਹੁੰਦਾ ਫੋਰ ਦਾ ਪਰਪਸ ਆਫ B-1, B-2 ਵੀਜ਼ਾ, ਟਰੈਵਲ ਐਂਡ ਬਿਜ਼ਨਸ ਪਰਪਸਿਸ ਲਈ ਜਿਹੜਾ ਤੁਹਾਨੂੰ ਵੀਜ਼ਾ ਮਿਲਦਾ ਹੈ। ਯੂਜਲੀ ਇੰਡੀਅਨ ਪਾਸਪੋਰਟ ਹੋਲਡਰ ਨੂੰ 10 ਸਾਲ ਦਾ ਜਾਂ ਪਾਕਿਸਤਾਨ ਪਾਸਪੋਰਟ ਹੋਲਡਰ ਨੂੰ 5 ਸਾਲ ਦਾ ਮਲਟੀਪਲ ਟਰੈਵਲ ਵੀਜ਼ਾ ਮਿਲਦਾ ਹੈ। ਇੰਟਰਵਿਊ ਦੇ ਟਾਈਮ ਤੇ ਜੋ ਤੁਸੀਂ ਜਾਣਦੇ ਹੋ, ਕੁਝ ਕੁ ਚੀਜ਼ਾਂ ਜਿਹੜੀਆਂ ਤੁਸੀਂ ਆਪਣੇ ਨਾਲ ਲੈ ਕੇ ਜਾਣੀਆਂ ਤੇ ਕਈ ਚੀਜ਼ਾਂ ਇੰਟਰਵਿਊ ਤੇ ਨਹੀਂ ਅਲਾਊਡ ਹੁੰਦੀਆਂ। ਜੇ ਤਾਂ ਤੁਹਾਡੀ ਫੋਟੋ ਤੁਹਾਡੇ ਫੋਨ ਤੇ ਨਹੀਂ ਲੱਗੀ ਹੋਈ, ਯੂ ਨੀਡ ਟੂ ਮੇਕ ਸ਼ੋਰ ਇੱਕ US ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਫੋਟੋ ਆਪਣੇ ਨਾਲ ਲੈ ਕੇ ਜਾਓ ਇੰਟਰਵਿਊ ਤੇ। ਕੋਈ ਆਈਪੈਡ ਜਾਂ ਹੋਰ ਇਲੈਕਟ੍ਰੋਨਿਕ ਆਈਟਮਸ ਐਕਸੈਪਟ ਯੂਰ ਮੋਬਾਈਲ ਫੋਨ ਉੱਥੇ ਨਹੀਂ ਐਂਟਰ ਹੋ। ਟਾਈਮ ਸਿਰ ਤੁਸੀਂ ਇੰਟਰਵਿਊ ਤੇ ਪਹੁੰਚੋ। ਡਿਊਰਿੰਗ ਦਾ ਇੰਟਰਵਿਊ ਮੈਜੋਰਿਟੀ ਆਫ ਦਾ ਟਾਈਮ 2 ਜਾਂ 3 ਮਿੰਟ ਦੇ ਵਿੱਚ ਹੀ ਇੰਟਰਵਿਊ ਖਤਮ ਹੋ ਜਾਂਦੀ ਹੈ। ਕੁਐਸਚਨਸ ਪੁੱਛੇ ਜਾਂਦੇ ਹੈ, ਕੀ ਕਰਦੇ ਹੋ, ਕੀ ਵੀਜ਼ਾ ਸਟੇਟਸ ਹੈ, ਕੀ ਕਰਨ ਚੱਲੇ ਹੋ, ਫੈਮਿਲੀ 'ਚ ਕੌਣ ਹੈ ਤੇ ਵਾਪਸ ਕਿਉਂ ਆਉਂਗੇ। ਬੇਸਿਕਲੀ USA ਦੇਖਣਾ ਚਾਹੁੰਦਾ ਕਿ ਆਸਟ੍ਰੇਲੀਆ ਦੇ ਨਾਲ ਤੁਹਾਡੇ ਸਬਸਟੈਂਸ਼ੀਅਲ ਟਾਈਜ਼ ਨੇ ਕਿ ਜਿਹੜਾ ਤੁਸੀਂ US ਜਾਣ ਤੋਂ ਬਾਅਦ ਵਾਪਸ ਆਸਟ੍ਰੇਲੀਆ ਆਉਂਗੇ। 2 ਜਾਂ 3 ਮਿੰਟ ਦੀ ਇੰਟਰਵਿਊ ਦੇ ਵਿੱਚ ਹੀ ਨਾਲੋ ਨਾਲ ਇਹ ਸਵਾਲ ਪੁੱਛੇ ਜਾਂਦੇ, ਯੂ ਨੀਡ ਟੂ ਪ੍ਰਿਪੇਅਰ ਯੋਰਸੈਲਫ, ਯੂ ਨੀਡ ਟੂ ਸ਼ੋ ਦਾ ਕੌਨਫੀਡੈਂਸ ਕਿ ਹਾਂਜੀ ਇਹ ਸਾਰੇ ਰੀਜ਼ਨਸ ਨੇ ਜਿਹੜਾ ਤੁਸੀਂ ਵਾਪਸ ਆਸਟ੍ਰੇਲੀਆ ਆਉਣਾ ਚਾਹੁੰਦੇ ਹੋ। ਅਗੇਨ ਵੀਜ਼ਾ ਅਪਲਾਈ ਕਰਨਾ ਸ਼ਾਇਦ ਈਜ਼ੀ ਹੋਵੇ, ਬਟ ਐਕਸਪਰਟ ਦੀ ਗਾਈਡੈਂਸ ਦੇ ਨਾਲ ਇੰਟਰਵਿਊ ਪ੍ਰਿਪਰੇਸ਼ਨ ਕਰਨਾ, ਉਸ ਹਿਸਾਬ ਨਾਲ ਫਾਈਲ ਲੌਂਚ ਕਰਨੀ, ਉਸ ਹਿਸਾਬ ਨਾਲ ਕਾਗਜ਼ ਪੱਤਰ ਜਿਹੜੀ ਤੁਸੀਂ ਇੰਟਰਵਿਊ ਤੇ ਜਾਂਦੇ ਹੋ ਉਹ ਲੈ ਕੇ ਜਾਣੇ ਬਹੁਤ ਇੰਪੋਰਟੈਂਟ ਹੈ। ਟਰੈਵਲ ਹਿਸਟਰੀ ਤੁਹਾਡੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਆਸਟ੍ਰੇਲੀਆ ਜਾਂ ਕਹਿ ਲਓ ਤੁਸੀਂ ਆਸਟ੍ਰੇਲੀਆ 'ਚ ਬੈਠੇ ਹੋ, ਜੇ ਤੁਹਾਡੇ ਕੋਲ UK, ਕੈਨੇਡਾ, ਨਿਊਜ਼ੀਲੈਂਡ ਦੀ ਟਰੈਵਲ ਹਿਸਟਰੀ, ਉਹ ਇੱਕ ਬਹੁਤ ਹੀ ਪੋਜ਼ਿਟਿਵ ਪੁਆਇੰਟ ਹੈ ਜਿਹੜੀ ਤੁਹਾਡੀ ਐਪਲੀਕੇਸ਼ਨ 'ਚ ਮਦਦ ਕਰ ਸਕਦਾ। ਤੁਸੀਂ ਵੀ ਜੇ USA ਦਾ ਵੀਜ਼ਾ, ਵਿਜ਼ਿਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਸਾਨੂੰ ਆ ਕੇ ਮਿਲ ਸਕਦਾ। ਧੰਨਵਾਦ।